ਸਲਾਮ ਅਲੈਕਮ ਕੀ ਹਾਲ ਹੈ ਜੀ ਦੋਸਤਾਂ ਦਾ ਠੀਕ ਠਾਕ ਡਿਜੀਟਲ ਟਰੈਕਟਰ YouTube ਚੈਨਲ ਤੇ ਖੁਸ਼ ਆਮਦੀਦ ਅੱਜ ਦੀ ਵੀਡੀਓ ਅਸੀਂ ਲੈ ਕੇ ਆਏ ਹਾਂ MF 375 ਇਹਦਾ ਤੁਹਾਨੂੰ ਰਿਵਿਊ ਕਰਵਾਨੇ ਆ ਇਹਦਾ ਪਹਿਲੇ ਸਾਰਾ ਰਿਵਿਊ ਕਰੋ ਫਿਰ ਤੁਹਾਨੂੰ ਲੋਕੇਸ਼ਨ ਡਿਮਾਂਡ ਹਰ ਚੀਜ਼ ਸ਼ੇਅਰ ਕਰਾਂਗੇ ਇਹ ਮਾਡਲ ਹੈਗਾ 2013 ਇਹ ਆਇਆ ਸੀ ਸੇਲ ਵਾਸਤੇ ਸਕੇ ਚਲੋ ਦੋਸਤੋ ਨਾ ਵੀਡੀਓ ਸ਼ੇਅਰ ਕਰ ਦਈਏ ਗੱਡੀ ਜਿਹੜੀ ਆ ਇੰਜਨ ਦੇ ਲਾਦਣਾ ਫਿੱਟ ਆ ਪ੍ਰੈਸ਼ਰ ਲੀਕਿੰਗ ਕੀਤੀ ਆ ਬੜੀ ਹਸਾਬ-ਕਿਤਾਬ ਜਿਹੜਾ ਐਡਾ ਸਾਹਮ ਕੇ ਨਹੀਂ ਚਲਾਈ ਬਾਕੀ ਗੱਡੀ ਬਿਲਕੁਲ ਠੀਕ ਆ 375 ਮਾਡਲ ਹੈਗਾ 2013 ਤੁਹਾਡਾ ਹਿੱਸਾ ਦੇਖ ਲਓ ਕਿਤੋਂ ਲੀਕਿੰਗ ਨਹੀਂ ਆ ਲੇਕਿਨ ਇਹ ਨੋਕਰਾਂ ਚਲਾਈ ਹੋਈ ਆ ਗੱਡੀ ਬੜੀ ਛੰਡ ਕੇ ਚਲਾਈ ਆ ਬੜੀ ਮਤਲਬ ਖਿੱਚ ਕੇ ਹਰ ਰੰਗ ਦਾ ਬੰਦਾ ਨੂੰ ਚਲਾਉਂਦਾ ਰਿਹਾ ਬਾਕੀ ਸੈਲਫ ਸਟਾਰਟ ਆ ਬੈਟਰੀ ਸ਼ੈਟਰੀ ਓਕੇ ਆ ਟਾਇਰ ਪਿਛਲੇ ਜਿਹੜੇ ਨੇ ਮਹੀਨਾ ਡੇਢ ਮਹੀਨਾ ਹੋਇਆ ਪਾਇਆ ਇਹਨੂੰ ਬਿਲਕੁਲ ਓਕੇ 18 ਦੇ ਟਾਇਰ ਨੇ ਦੇਖ ਸਕਦੇ ਜੀ ਤੁਸੀਂ ਪੈਂਥਰ ਦੇ ਨੇ ਪੈਂਥਰ ਦੇ ਟਾਇਰ ਨੇ 18 ਦੇ ਡੇਢ ਮਹੀਨਾ ਹੋਇਆ ਤਕਰੀਬਨ ਪਾਇਆ ਇਹਨੂੰ ਬਿਲਕੁਲ ਹਜੇ 16 ਅੰਨੇ ਤਾਂ ਚਲੋ ਕੋਈ ਤੁਸੀਂ ਇੱਕ ਅਧਾਨਾ ਘੱਟ ਕਰ ਲਓ ਬਿਲਕੁਲ ਨਵੇਂ ਨੇ ਬਾਕੀ ਟਰੈਕਟਰ ਬਹੁਤ ਅੱਛਾ ਹੈ ਡਿਮਾਂਡ ਵੀ ਮناسب ਆ ਬੰਪਰ ਵੀ ਲੱਗਾ ਹੋਇਆ ਹੈ ਨੰਬਰ ਵੀ ਲੱਗਾ ਹੋਇਆ ਛੱਤ ਹੁੱਕ ਵੀ ਲੱਗੀ ਹੋਈ ਆ ਬਾਕੀ ਬੜਾ ਸਸਤਾ ਟਰੈਕਟਰ ਜਿਸ ਕਿਸੇ ਨੂੰ ਚਾਹੀਦਾ ਹੋਵੇ ਉਹ ਸਾਡੇ ਨਾਲ ਕਮੈਂਟ ਬਾਕਸ 'ਚ ਰਾਬਤਾ ਕਰ ਸਕਦਾ ਹੈ ਇਹਦੀ ਲੋਕੇਸ਼ਨ ਡਿਮਾਂਡ ਹਰ ਚੀਜ਼ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਅਗਰ ਵੀਡੀਓ ਅੱਛੀ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੇ ਹਿੱਸੇ ਦੀ ਤਰਫ ਦੇਖ ਲਓ ਇੱਥੋਂ ਵੀ ਲੀਕਿੰਗ ਨਹੀਂ ਹੈ ਉਧਰ ਪ੍ਰੈਸ਼ਰ ਵਾਲੀ ਲੀਕਿੰਗ ਹੈ ਬਾਕੀ ਥੱਲੋਂ ਗੀਰਾ ਵਗੈਰਾ ਤੋਂ ਕੋਈ ਲੀਕਿੰਗ ਨਹੀਂ ਹੈ ਬਾਡੀ ਜਿਹੜੀ ਸ਼ੋ ਏ ਬਿਲਕੁਲ ਓਕੇ ਆ ਖਰਾਸ਼ਾ ਖੁਰਸ਼ਾ ਕੋਈ ਨਹੀਂ ਢੀਆਂ ਆਈਆਂ ਮਾਡਲ ਦੇ ਹਿਸਾਬ ਨਾਲ ਬਿਲਕੁਲ ਓਕੇ ਆ ਅਗਲੇ ਟਾਇਰ ਜਿਹੜੇ ਉਹ ਵੀ ਤਕਰੀਬਨ 10 ਸਾਨੇ ਹੈਗੇ ਆ ਪਿਛਲੇ ਤਾਂ ਜੇ ਹੋਣੀ ਨਵੇਂ ਪੁਆਏ ਆ ਬਾਕੀ ਮਰਗਾੜ ਜਿਹੜੇ ਨੇ ਉਹ ਵੀ ਠੀਕ ਆ ਰਿਮ ਸ਼ੇਮ ਕਿਤੇ ਕੋਨਾਰੇ ਨਹੀਂ ਮੁੜੀ ਕਿਤੇ ਚਾਬੀ ਪਾਨਾ ਨਹੀਂ ਲੱਗਾ ਆ ਥਰਡਾ ਹਿੱਸਾ ਦੇਖ ਲਓ ਇਧਰ ਵਾਲੀ ਸਾਈਡ ਤੋਂ ਕੋਈ ਲੀਕਿੰਗ ਨਹੀਂ ਹੈ ਬਿਲਕੁਲ ਓਕੇ ਇੰਜਨ ਅਜੇ ਤੱਕ ਜਨੂਨ ਬਾਕੀ ਕੋਈ ਕੰਮ ਸ਼ਾਮ ਨਹੀਂ ਹੋਣ ਵਾਲਾ ਡਰਾਈਵਰ ਸੀਟ ਠੀਕ ਆ ਸੈਟਲਿੰਗ ਰਿਗਾਰਡ ਦੋਵੇਂ ਠੀਕ ਨੇ ਸ਼ੋ ਸ਼ੂ ਠੀਕ ਆ ਛੱਤ ਲੱਗੀ ਹੋਈ ਆ ਪੂਰੀ ਗੱਡੀ ਖੜੀ ਦੇਖ ਲਓ ਬਿਲਕੁਲ ਓਕੇ ਆ ਮਾਡਲ ਹੈਗਾ 2013 ਗੱਡੀ ਬਿਲਕੁਲ ਓਕੇ ਆ ਰੇਡੀਏਟਰ ਜਨਰੇਟਰ ਹਰ ਚੀਜ਼ ਓਕੇ ਸੈਲਫ ਸਟਾਰਟ ਆ ਗੱਡੀ ਕੋਈ ਮਸਲਾ ਮਸਲ ਨਹੀਂ ਇੱਕ ਆਨੇ ਦਾ ਕੰਮ ਨਹੀਂ ਹੋਣ ਵਾਲਾ ਚਾਬੀ ਤੋਂ ਚਾਬੀ ਲੈ ਕੇ ਜੈਨੂਨ ਆ ਜੀ ਗੱਡੀ ਜੇ ਕਿਸੇ ਨੂੰ ਚਾਹੀਦੀ ਹੋਵੇ ਉਹ ਸਾਣਾ ਜਲਦੀ ਤੋਂ ਜਲਦੀ ਰਾਬਤਾ ਕਰ ਸਕਦਾ ਹੈ ਇਹਦੀ ਜਿਹੜੀ ਲੋਕੇਸ਼ਨ ਆ ਜ਼ਿਲ੍ਹਾ ਸ਼ੇਖੂਪੁਰ ਆ ਬਾਕੀ ਜੇ ਕਿਸੇ ਨੂੰ ਚਾਹੀਦਾ ਵੇ ਉਹ ਲੈ ਸਕਦਾ ਹੈ ਬੰਬਰ ਸ਼ੰਪਰ ਲੱਗਾ ਹੈ ਹੁੱਕ ਲੱਗੀ ਹੋਈ ਛੱਤ ਲੱਗੀ ਹੋਈ ਕੋਈ ਕੰਮ ਨਹੀਂ ਹੋਣ ਵਾਲਾ ਬਸ ਗੱਡੀ ਪੈਸੇ ਦੇ ਕੇ ਬੰਦਾ ਖੜ ਸਕਦਾ ਕਾਗਜ਼ ਕਲੀਅਰ ਨੇ ਨੰਬਰ ਲੱਗਾ ਹੋਇਆ ਕਿਸੇ ਚੀਜ਼ ਦਾ ਕੋਈ ਮਸਲਾ ਮਸੇਲ ਨਹੀਂ ਹੋਵੇ ਅਗਰ ਹੋਵੇ ਉਹਦੀ ਜ਼ਿੰਮੇਵਾਰੀ ਨਾ 당ਾਂਗੇ ਮਾਲਕਾਂ ਨੇ ਜਿਹੜੀ ਸਾਨੂੰ ਡਿਮਾਂਡ ਦੱਸੀ ਆ ਉਹਨਾਂ ਦੀ ਡਿਮਾਂਡ ਆ 13 ਲੱਖ 20 ਹਜ਼ਾਰ ਜਿਸ ਕਿਸੇ ਨੇ ਲੈਣਾ ਹੋਵੇ ਉਹ ਸਾ ਨਾਲ ਰਾਬਤਾ ਕਰ ਸਕਦਾ ਕੋ ਮੌਕੇ ਤੇ ਵਾਦਾ ਕਟਾ ਕਰਕੇ ਸੌਦਾ ਹੋ ਜਾਏਗਾ ਬਾਕੀ ਜਲਦੀ ਤੋਂ ਜਲਦੀ ਰਾਬਤਾ ਕਰੋ ਜੇ ਕਿਸੇ ਨੂੰ ਚਾਹੀਦੀ ਹੋਵੇ ਉਹ ਗੱਡੀ ਖਰੀਦ ਸਕਦਾ ਬਿਲਕੁਲ ਓਕੇ ਜੈਨੂਨ ਗੱਡੀ ਹੈ ਜੇ ਤੱਕ ਅਗਲੀ ਵੀਡੀਓ ਤੇ ਮਿਲਦੇ ਆ ਅੱਲਾ ਹਾਫਿਜ਼